ਸਾਡੀ ਮੁਆਸ਼ਰਤ ਦੇ ਮੁਖਤਲਿਫ ਜਿਹੜੇ ਮਰਾਇਲ ਹੁੰਦੇ ਨੇ ਬੱਚਿਆਂ ਦੇ ਅਤੇ ਉਹਨਾਂ ਰਿਸ਼ਤੇਦਾਰਾਂ ਦੇ ਉਸਦੇ ਆਵਾਜ਼ ਨਾਲ ਗੱਲ ਕਰਦੇ ਤਾਂ ਮੈਨੂੰ ਇੱਕ ਵਾਕਿਆ ਯਾਦ ਆ ਗਿਆ ਅਤੇ ਮੈਂ ਤੁਹਾਡੇ ਵੀ ਗੋਸ਼ ਗੁਜ਼ਾਰ ਕਰ ਦਿਓ। ਉਹ ਇੱਕ ਅਮਰਾਜ਼ ਦਿਮਾਗੀ ਦੇ ਹਸਪਤਾਲ ਦੇ ਘਰ ਇੱਕ ਮਰੀਜ਼ ਨੂੰ ਦੇਖਦੇ ਹੋਏ ਡਾਕਟਰ ਨੇ ਜਿਸ ਉਸੀ ਮੁਖਤਲਿਫ ਗੱਲਾਂ ਪੁੱਛੀਆਂ ਤਾਂ ਉਸਨੂੰ ਉਹ ਠੀਕ ਲੱਗਾ ਤਾਂ ਉਸਨੇ ਆਪਣੇ ਦੂਸਰੇ ਡਾਕਟਰ ਨੂੰ ਕਿਹਾ ਕਿ ਯਾਰ ਇਹ ਤਾਂ ਮੈਨੂੰ ਠੀਕ ਪਿਆ ਲੱਗਦਾ ਕਿ ਨਹੀਂ ਤੁਸੀਂ ਇਸ ਤਰ੍ਹਾਂ ਗੱਲ ਤਾਂ ਕਰੋ ਨਾ। ਤਾਂ ਉਸਨੇ ਗੱਲ ਸ਼ੁਰੂ ਕੀਤੀ ਤਾਂ ਉਸਨੇ ਕਿਹਾ ਯਾਰ ਇਹ ਕਿ ਡਾਕਟਰ ਪਾਗਲ ਨੇ ਮੈਨੂੰ ਇੰਜ ਹੀ ਅੰਦਰ ਬੰਦ ਕੀਤਾ ਹੈ। ਕਹਿੰਦਾ ਕਿਉਂ ਬੰਦ ਕੀਤਾ ਹੈ? ਕਹਿੰਦਾ ਮੈਂ ਤੈਨੂੰ ਆਪਣੀ ਕਹਾਣੀ ਸੁਣਾਉਣਾ ਵਾਂ ਕਿ ਕਹਿੰਦਾ ਯਾਰ ਮੇਰੇ ਜਿਸ ਉਹ ਜਵਾਨ ਹੋਏ ਅਤੇ ਮੇਰੀ ਵਿਆਹ ਹੋ ਗਿਆ ਮੇਰਾ ਵਿਆਹ ਹੋ ਗਿਆ ਅਤੇ ਮੇਰਾ ਇੱਕ ਬੱਚਾ ਹੋ ਗਿਆ। ਉਦੋਂ ਤੱਕ ਤਾਂ ਠੀਕ ਹੈ, ਚਲੋ ਬਸ ਮੇਰਾ ਬੱਚਾ ਵੱਡਾ ਹੋਇਆ ਤਾਂ ਅੱਲਾ ਦਾ ਕਰਨਾ ਹੋਇਆ ਕਿ ਮੇਰੀ ਰਨ ਫੋਤ ਹੋ ਗਈ। ਜਦੋਂ ਮੇਰੀ ਰਨ ਫੋਤ ਹੋ ਗਈ ਤਾਂ ਮੇਰੇ ਰਿਸ਼ਤੇਦਾਰਾਂ ਨੇ ਕਿਹਾ ਕਿ ਚਲੋ ਯਾਰ ਇਸਦਾ ਕਿਧਰੇ ਵਿਆਹ ਕਰਾ ਦਿੰਦੇ ਹਾਂ। ਕਹਿੰਦਾ ਉਹਨਾਂ ਨੇ ਮੇਰਾ ਵਿਆਹ ਇੱਕ ਜਿਹੀ ਰਨ ਨਾਲ ਕਰਾ ਦਿੱਤਾ ਕਿ ਜਿਸਦੀ ਆਪਣੀ ਵੀ ਇੱਕ ਬੱਚੀ ਹੋਈ। ਕਹਿੰਦਾ ਚਲੋ ਇੱਥੋਂ ਤੱਕ ਤਾਂ ਠੀਕ ਹੈ। ਕਹਿੰਦਾ ਵਾਧ ਇਸ ਤਰ੍ਹਾਂ ਹੋਇਆ ਕਿ ਮੇਰਾ ਜਿਹੜਾ ਬੱਚਾ ਹੈ ਮੇਰਾ ਤਾਂ ਬੱਚਾ ਇਹ ਹੀ ਆ, ਲੇਕਿਨ ਨਾਲ ਹੀ ਨਾਲ ਇਹ ਮੇਰੀ ਜਿਹੜੀ ਬੀਵੀ ਦੀ ਧੀ ਹੈ ਉਸਦਾ ਵੀ ਭਰਾ ਬਣ ਗਿਆ। ਲੇਕਿਨ ਯਾਰ ਪਤਾ ਨਹੀਂ ਹੁਣ ਵੱਧ ਕੇ ਹੋਇਆ ਕਿ ਸਾਰੇ ਰਿਸ਼ਤੇਦਾਰਾਂ ਨੇ ਸਾਨੇ ਇਹ ਫੈਸਲਾ ਕੀਤਾ ਕਿ ਇਸ ਬੱਚੇ ਦੇ ਇਸ ਬੱਚੀ ਦਾ ਵਿਆਹ ਕਰਾ ਦੇਈਏ। ਉਹਨੇ ਕਿਹਾ ਚਲੋ ਇੱਥੋਂ ਤੱਕ ਵੀ ਠੀਕ ਹੈ। ਕਹਿੰਦਾ ਯਾਰ ਹੁਣ ਅਜੀਬ ਗੱਲ ਹੋਈ ਹੈ ਕਿ ਮੇਰੀ ਧੀ ਵੀ ਹੈ ਅਤੇ ਮੇਰੇ ਪੁੱਤਰ ਦੀ ਰਨ ਵੀ ਹੈ ਅਤੇ ਮੇਰੀ ਨੂੰਹ ਵੀ ਹੋ ਗਈ ਅਤੇ ਮੇਰਾ ਪੁੱਤਰ ਜਿਹੜਾ ਅਤੇ ਮੇਰੀ ਆਪਣੀ ਜਿਹੜੀ ਰਨ ਹੈ ਉਸਦਾ ਪੁੱਤਰ ਵੀ ਹੈ ਅਤੇ ਨਾਲ ਹੀ ਨਾਲ ਉਸਦਾ ਜਵਾਈ ਵੀ ਹੋ ਗਿਆ। ਕਹਿੰਦਾ ਯਾਰ ਚਲ ਅਲਾ ਵੱਧ, ਕਹਿੰਦਾ ਚਲ ਇੱਥੋਂ ਤੱਕ ਤਾਂ ਠੀਕ ਹੈ। ਕਹਿੰਦਾ ਵੱਧ ਉਹਨਾਂ ਦਾ ਬੱਚਾ ਹੋਇਆ ਤਾਂ ਵੱਧ ਕਿਉਂ ਹੋਇਆ? ਕਹਿੰਦਾ ਯਾਰ ਵੱਧ ਬੜਾ ਅਜੀਬ ਗੱਲ ਹੋਈ ਨਾ, ਕਿਉਂ ਮੇਰੇ ਪੁੱਤਰ ਦਾ ਪੁੱਤਰ ਵੀ ਹੈ ਅਤੇ ਨਾਲ ਹੀ ਨਾਲ ਮੇਰਾ ਦੋਤਰ ਵੀ ਹੈ ਅਤੇ ਮੇਰੀ ਜਿਹੜੀ ਰਨ ਹੈ ਉਹਦੀ ਧੀ ਦਾ ਪੁੱਤਰ ਵੀ ਹੈ, ਲੇਕਿਨ ਨਾਲ ਹੀ ਨਾਲ ਮੇਰੇ ਜੋ ਕਿ ਪੁੱਤਰ ਦਾ ਪੁੱਤਰ ਹੋਇਆ ਅਤੇ ਉਸਦਾ ਵੀ ਪੋਤਰਾ ਵੀ ਹੋ ਗਈ ਅਤੇ ਇਹ ਮੇਰਾ ਦੋਤਰਾ ਵੀ ਹੈ ਅਤੇ ਨਾਲ ਹੀ ਨਾਲ ਮੇਰਾ ਪੋਤਰਾ ਵੀ ਆ। ਕਹਿੰਦਾ ਅਲਾ ਵੱਧ, ਕਹਿੰਦਾ ਯਾਰ ਗੱਲ ਇਸ ਤਰ੍ਹਾਂ ਹੋਈ ਕਿ ਜਿਹੜਾ ਬੱਚਾ ਹੋਏ ਮੇਰੀ ਆਪਣੀ ਮਾਂ ਦਾ ਜਿਹੜਾ ਤਾਂ ਉਸਦਾ ਪਤਰੀਆ ਵੀ ਹੈ ਅਤੇ ਜਿਹੜਾ ਆਪਣਾ ਪਿਓ ਉਸਦਾ ਬਣਿਆ ਵੀ ਹੈ ਅਤੇ ਸਾਰਾ ਸੁਣਦੇ ਸੁਣਦੇ ਉਸ ਰਿਸ਼ਤੇ ਸਮੂਹ ਨਾ ਲੱਗੇ ਕਿ ਅੱਲਾ ਮਾਫ ਤੂੰ ਠੀਕ ਹੈ ਮੈਂ ਖਰਾਬ ਹਾਂ। ਤਾਂ ਸ਼ੀਸ਼ ਸ਼ੋਕਾ ਸਾਹਿਬ ਨੇ ਜਿਹੜੇ ਰਿਸ਼ਤੇ ਕੀਤੇ ਉਹ ਸਾਰੇ ਰਿਸ਼ਤੇ ਆਪਣੀ ਜਗ੍ਹਾ ਦੇ ਉੱਤੇ। ਲੇਕਿਨ ਅੱਜ ਦੇ ਇਸ ਸੈਸ਼ਨ ਦੀ, ਬਲਕਿ ਮੈਂ ਸਮਝਦਾ ਕਿ ਸਾਡੀ ਇਸ ਆਲਮੀ ਕਾਨਫਰੰਸ ਦੀ ਜਿਹੜੀ ਸਭ ਸੀ ਮੇਰਾਜ ਹੈ ਇਸ ਪਹਿਲੇ ਕਿ ਦਾਵਤ ਖਿਤਾਬ ਦਿੱਤੀ ਜਾਵੇ ਮੈਂ ਉਸੀ ਹਦਾਇਤ ਦੇ ਮੁਤਾਬਿਕ ਅਸੀਂ ਚਾਰ ਸੀ ਜਿਹੜੇ ਸੈਦਾ ਕਿਸ਼ਾਹ ਸਾਹਿਬ ਦੀ ਤਰਫੋਂ ਮਿਲੀਆਂ ਹਨ ਇਸ ਦੌਰਾਨ ਦੇ ਘਰ ਸ਼ੀਟਸ ਅਸੀਂ ਤਕਸੀਮ ਕਰ ਸੀ ਅਤੇ ਉਸਦੇ ਇੰਤਜ਼ਾਮਾਤ ਦੇ ਘਰ ਲੱਗੇ ਅਤੇ ਮੈਂ ਇਸ ਦੌਰਾਨ ਦੇ ਘਰ ਮੋਹਤਰਮ ਆਕਿਲ ਸ਼ਾਹ ਸਾਹਿਬ ਜਿਹੜੇ ਉਹਨਾਂ ਦੀ ਸ਼ਖਸੀਅਤ ਦੇ ਹਵਾਲੇ ਨਾਲ ਇੱਕ ਦੋ ਅਲਫਾਜ਼ ਕਹਿਣਾ ਚਾਹੁੰਦਾ ਹਾਂ। ਇਸ ਸ਼ਹਿਰ ਦੀ ਨੁਮਾਇਆ ਸ਼ਖਸੀਅਤ ਦੇ ਘਰ ਜਿਸ ਸ਼ਖਸੀਅਤ ਦਾ ਨਾਮ ਲਾਲਾ ਅਯੂਬ ਹੈ ਉਹ ਨਾ ਸਿਰਫ ਸਪੋਰਟਸ ਦੇ ਮੈਦਾਨ ਦੇ ਘਰ ਇੱਕ ਫੁੱਟਬਾਲਰ ਦੀ ਹੈਸੀਅਤ ਦੇ ਨਾਲ ਮਾਰੂਫ ਹੈ ਬਲਕਿ ਸਿਆਸੀ ਮੈਦਾਨ ਦੇ ਘਰ ਉਹਨਾਂ ਨੇ ਜਿਸ ਸ਼ਖਸ ਦੇ ਬੇਅਤ ਕੀਤੀ ਹੈ ਉਹ ਬਾਚਾ ਖਾਨ ਮਰਹੂਮ ਹੈ। ਉਸ ਵਕਤ ਸੀ ਲੈ ਕੇ ਅੱਜ ਤੱਕ ਉਹਨਾਂ ਦੀ ਜੀਨਸ ਉਹਨਾਂ ਦੀ ਬੇਅਤ ਅਤੇ ਉਹਨਾਂ ਦਾ ਫਿਕਰ ਲੈ ਕੇ ਵੀ ਚੱਲਦੀ ਹੈ। ਮੋਹਤਰਮ ਸੈਦ ਆਕਿਲ ਸ਼ਾਹ ਸਾਹਿਬ ਇੱਕ ਸੱਚੇ ਹਿੰਦਕੋਵਾਨ ਹਨ ਅਤੇ ਮੈਂ ਸਮਝਦਾ ਕਿ ਅੱਜ ਦੀ ਇਸ ਨਸ਼ਿਸ਼ ਦੇ ਹਵਾਲੇ ਦੇ ਨਾਲ ਜਾਂ ਇਸ ਕਾਨਫਰੰਸ ਦੇ ਹਵਾਲੇ ਦੇ ਨਾਲ ਅਗਰ ਕਿਸੇ ਹਕੂਮਤੀ ਸ਼ਖਸੀਅਤ ਨੇ ਸਭ ਸੀ ਜ਼ਿਆਦਾ ਦਸਤੇ ਤਾਵਨ ਫਰਾਹਮ ਕੀਤਾ ਹੋਵੇ ਤਾਂ ਉਹ ਮੋਹਤਰਮ ਸੈਦ ਆਕਿਲ ਸ਼ਾਹ ਸਾਹਿਬ ਦੀ ਜ਼ਾਤ ਹੈ। ਆਕਿਲ ਸ਼ਾਹ ਸਾਹਿਬ ਨੇ ਨਾ ਸਿਰਫ ਗੰਦਾਰਾ ਇਨਕੋ ਬੋਰਡ ਨੂੰ ਆਊਟ ਆਫ ਦਾ ਵੇ ਜਾ ਕੇ ਵਖੁਦ ਵੀ ਦਿੱਤਾ ਅਤੇ ਇਸ ਦੇ ਨਾਲ ਨਾਲ ਜਿਸ ਹੱਦ ਤੱਕ ਉਹਨਾਂ ਦਾ ਮਾਲੀ ਤਾਵਨ ਨੇ ਮੈਂ ਸਮਝਣਾ ਉਹ ਸਾਡੇ ਅਸੀਂ ਬਹੁਤ ਵੱਡੀ ਗੱਲ ਹੈ। ਉਹਨੇ ਨਾ ਸਿਰਫ ਆਪਣੀ ਡਿਵੈਲਪਮੈਂਟ ਦੇ ਹਵਾਲੇ ਦੇ ਨਾਲ ਆਪਣੇ ਹਵਾਲੇ ਦੇ ਨਾਲ ਇਤਨੀ ਫਰਾਗੀ ਦਾ ਮੁਜ਼ਾਹਰਾ ਕੀਤਾ ਹੋਵੇ ਕਿ ਸਾਡੇ ਅਸੇ ਉਸ ਫਰਾਗੀ ਨੂੰ ਸਮੇਟਣਾ ਵੀ ਮੁਸ਼ਕਿਲ ਹੋ ਗਿਆ ਹੈ। ਮੈਂ ਇੰਤਹਾਈ ਮਮਨੂਨ ਹਾਂ ਅਤੇ ਇੰਤਹਾਈ ਸ਼ੁਕਰਗੁਜ਼ਾਰ ਹਾਂ ਨਾਰਾਇਣ ਕਬੋੜ ਦੀ ਤਰਫੋਂ ਅਤੇ ਮੈਂ ਚਾਹਾਂ ਕਿ ਅੱਜ ਇੱਥੇ ਜਿੰਨੇ ਵੀ ਹਾਜ਼ਰੀਨ ਮੌਜੂਦ ਹਨ ਇੱਕ ਛੋਟਾ ਜਿਹਾ ਟ੍ਰਿਬਿਊਟ ਉਹਨਾਂ ਨੂੰ ਇਸ ਹਵਾਲੇ ਨਾਲ ਪੇਸ਼ ਕਰ ਸਕਦੇ ਨੇ ਕਿ ਮੇ ਆਈ ਰਿਕੁਐਸਟ ਯੂ ਆਲ ਟੂ ਪਲੀਜ਼ ਲੀਵ ਯੋਰ ਸੀਟਸ ਫਾਰ ਅ ਵਾਇਲ ਐਸ ਟੂ ਪੇ ਟ੍ਰਿਬਿਊਟ ਟੂ ਦੀ ਆਕਿਲ ਸ਼ਾਹ ਸਾਹਿਬ। ਥੋੜ੍ਹੀ ਜਿਹੀ ਦੇਰ ਸੇ ਅਗਰ ਤੁਸੀਂ ਆਪਣੀ ਚੇਅਰ ਸੀ ਉੱਠ ਕੇ ਤਾੜੀਆਂ ਜਾ ਕੇ ਆਕਿਲ ਸ਼ਾਹ ਸਾਹਿਬ ਦਾ ਇਸ ਹਵਾਲੇ ਦੇ ਨਾਲ ਉਹਨਾਂ ਦਾ ਇਹ ਖਿਰਾਜ ਯਕੀਨਨ ਨਾਰਾਇਣ ਕੋ ਬੋਰਡ 'ਤੇ ਵੀ ਹੈ ਅਤੇ ਹਿੰਦਕੋਵਾਨਾ 'ਤੇ ਵੀ। ਮੈਂ ਸਮਝਦਾ ਸਰ ਥੈਂਕ ਯੂ ਵੈਰੀ ਮੱਚ। ਮੈਂ ਜਨਾਬ ਇਜਾਜ਼ ਕੁਰੈਸ਼ੀ ਸਾਹਿਬ
सैयद आकिश शाह साहब से मुल्तमिस हां कि अगर वो स्टेज दे से सिर तशरीफ ले आवन ता असी अवार्ड्स दिए तकरीब जड़े से सिकंदर साहब भी आ जावन ते